ਮੈਨੂੰ ਕਬਜ਼ੀ ਕਿੱਥੇ ਹੁੰਦੀ ਆ ਸਿੰਦੋਂ? ਤੇ ਪਰ ਆਇਆ ਬੈਠਾ ਸੇਵੇ ਵਾਲੀ ਕੁਕੜੀਆਂ ਨੂੰ ਜਿਵੇਂ ਆਂਡੇ ਦੇਣੇ ਹੁੰਦੇ ਆ। ਸਿੰਦੋਂ ਕਾਹਨੂੰ, ਮੈਂ ਤਾਂ ਹੋਰ ਕੁਝ ਸੋਚਦਾ। ਉਹ ਆਪਣੇ ਸਾਰਾ ਪੰਜਾਬ ਖਾਲੀ ਹੋ ਹੀ ਜਾਂਦਾ, ਜਣਾ ਖਣੀ ਬਾਹਰਲੇ ਮੁਲਕ ਨੂੰ ਭੱਜੀ ਜਾਂਦਾ। ਸਿੰਦੋਂ ਬਾਹਰਲੇ ਮੁਲਕ ਨੂੰ ਤਾਂ ਚੱਲ ਭੱਜੀ ਜਾਂਦੇ ਆ, ਜਿਹੜੇ ਅਨਪੜ੍ਹ ਨੇ ਪੜ੍ਹੇ ਲਿਖੇ ਨਹੀਂ ਹੈਗੇ ਉਹ ਵੀ ਬਾਹਰ ਨੂੰ ਤੁਰ ਜਾਂਦੇ ਆ, ਉਹਨਾਂ ਦਾ ਕੀ ਬਣੂ? ਬਾਕੀ ਤਾਂ ਚੱਲ ਸਰਜੂ ਲਾ, ਉਹਨਾਂ ਦੀ ਸੁਣ ਲਾ। ਇੱਧਰ ਤਾਂ ਇਲ ਤੋਂ ਕੋਕੋ ਨਹੀਂ ਆਉਂਦਾ, ਤੁਰ ਜਾਂਦੇ ਆ ਬਾਹਰਲੇ ਮੁਲਕਾਂ। ਫਿਰ ਉੱਥੇ ਜਦੋਂ ਅੰਗਰੇਜ਼ੀ ਜੀ ਬੋਲਣੀ ਆਉਂਦੀ ਆ ਨਾ, ਫਿਰ ਪਤਾ ਕਿਵੇਂ ਬੋਲਦੇ ਆ? ਕਿਵੇਂ? ਹਾਂ, ਇੱਕ ਅਣਪਣ ਜਿਹਾ ਤੁਰ ਗਿਆ, ਫਰੂਟ ਵਾਲੀ ਰੇਹੜੀ 'ਤੇ ਖੜ ਗਿਆ। ਅੱਛਾ। ਤੇ ਉੱਥੇ ਪਏ ਸੀ ਫਰੂਟ, ਉਹਦਾ ਖਾਣ ਨੂੰ ਜੀ ਕਰੇ ਵੀ ਆਲੂ ਬੁਖਾਰਾ ਖਾਣਾ। ਅੱਛਾ। ਹੁਣ ਪਤਾ ਕੀ ਕਹਿੰਦਾ? ਉਹ ਕਹਿੰਦਾ ਬਾਈ ਉਹ ਪਟਾਟੋ ਫੀਵਰਾ ਦਈ, ਪਟਾਟੋ ਫੀਵਰਾ। ਪਟਾਟੋ ਫੀਵਰਾ? ਉਹ ਕੀ ਹੁੰਦਾ? ਉਹਨੂੰ ਸਮਝ ਨਾ ਲੱਗੇ। ਹੋਰ ਕੋਲੇ ਮੇਰੇ ਵਰਗਾ ਹੋਰ ਖੜਾ ਸੀ। ਅੱਛਾ। ਉਹ ਕਹਿੰਦਾ ਯਾਰ ਤੂੰ ਮੰਗਦਾ ਕੀ ਆ ਪਟਾਟੋ ਫੀਵਰਾ? ਕਹਿੰਦਾ ਪਟਾਟੋ ਮੈਨੇ ਆਲੂ, ਫੀਵਰ ਬੁਖਾਰ ਆਉਂਦਾ ਤੇ ਫੀਵਰਾ ਬੁਖਾਰਾ। ਕਹਿੰਦਾ ਆਲੂ ਬੁਖਾਰਾ? ਆਲੂ ਬੁਖਾਰਾ। ਆਈ ਹੁਣ ਦੂਜੇ ਦੀ ਸੁਣ ਲਾ। ਅੱਛਾ। ਉੱਥੇ ਦੋ ਤਿੰਨ ਅਣਪਣ ਜੇ ਇਕੱਠੇ ਹੋਏ, ਕਹਿੰਦੇ ਵੀ ਅੱਜ ਆਪਾਂ ਆਂਡਿਆਂ ਦਾ ਆਮਲੇਟ ਖਾਣਾ। ਤੇ ਇੱਕ ਨੂੰ ਭੇਜਤਾ ਵੀ ਤੂੰ ਆਂਡੇ ਲੈ ਕੇ ਆ। ਅੱਛਾ। ਹੁਣ ਉਹਨੂੰ ਆਂਡੇ ਦੀ ਗਰੇਜੀ ਨਾ ਆਵੇ, ਉਹਨੂੰ ਆਏ ਜੇ ਕਰੀ ਜਾਵੇ ਉਹ ਉਹ ਚਿੱਟਾ ਚਿੱਟਾ। ਉਹਨੂੰ ਕੀ ਸਮਝ ਲੱਗਣੀ ਸੀ? ਦੇਖੋ ਨਾਣਾ ਸਮਝ ਲੱਗੀ, ਇਹਨੂੰ ਪਤਾ ਉਹਨੇ ਕਿਵੇਂ ਸਮਝਾਇਆ? ਪੰਜਾਬੀ ਪੰਜਾਬੀ ਹੁੰਦੇ ਆ ਜਿੰਦੋ। ਅੱਛਾ। ਕਹਿੰਦਾ ਕਹਿੰਦਾ ਇਹਨੂੰ ਆਂਡੇ ਦੇ ਦਿਓ, ਮੁਰਗੀ ਇਹਨੂੰ ਕਰੀ ਜਾਂਦਾ।